ਮਾਵਾਂ ਨਾਲੋਂ ਵੱਧ ਕੇ ਕੋਈ ਲਾੜ ਲਡਾਉਂਦਾ ਨਹੀਂ, ਚਾਚੀ ਤਾਈ ਮਾਮੀ ਮਾਸੀ ਕੋਈ ਮਾਂ ਵਾਂਗੂ ਚਾਹੁੰਦਾ ਨਹੀਂ, ਡੋਰ ਮੁੜ ਕੇ ਹੱਥ ਨਹੀਂ ਆਉਂਦੀ ਵਰਤ ਚੁੱਕੇ ਭਾਣਿਆਂ ਦੀ, ਮਾਵਾਂ ਠੰਡੀਆਂ ਛਾਵਾਂ ਇਹ ਗੱਲ ਸਿਆਣਿਆਂ ਦੀ, ਮਾਵਾਂ ਠੰਡੀਆਂ ਛਾਵਾਂ ਇਹ ਗੱਲ ਸਿਆਣਿਆਂ ਦੀ। ਸਤਿ ਸ੍ਰੀ ਅਕਾਲ ਜੀ, ਮੈਂ ਸ਼ਰ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਅਦਾਰੇ ਵੱਲੋਂ ਸਭ ਮਾਵਾਂ ਨੂੰ ਹੈਪੀ ਮਦਰਸ ਡੇ। ਜ਼ਿੰਦਗੀ ਦੇ ਬਹੁਤ ਸਾਰੇ ਰਿਸ਼ਤਿਆਂ ਵਿੱਚੋਂ ਇੱਕ ਬੱਚੇ ਦਾ ਮਾਂ ਨਾਲ ਸਭ ਤੋਂ ਖਾਸ ਰਿਸ਼ਤਾ ਹੁੰਦਾ ਹੈ। ਬੱਚੇ ਨੂੰ ਜਨਮ ਦੇਣ ਤੋਂ ਲੈ ਕੇ ਹਰ ਸੁੱਖ ਦੁੱਖ ਵਿੱਚ ਮਾਂ ਹੀ ਬੱਚੇ ਦੇ ਨਾਲ ਖੜਦੀ ਹੈ। ਵੈਸੇ ਤਾਂ ਜ਼ਿੰਦਗੀ ਵਿੱਚ ਮਾਂ ਦੀ ਮਹੱਤਤਾ ਨੂੰ ਸ਼ਬਦਾਂ ਵਿੱਚ ਬਿਆਨ ਕਰਨਾ ਕਿਸੇ ਲਈ ਵੀ ਬਹੁਤ ਔਖਾ ਹੈ। ਇਸ ਦੇ ਬਾਵਜੂਦ ਸਾਲ ਦਾ ਇੱਕ ਦਿਨ ਮਾਂ ਦੀ ਮਹੱਤਤਾ ਲਈ ਨਿਰਧਾਰਿਤ ਕੀਤਾ ਜਾਂਦਾ ਹੈ, ਜਿਸ ਨੂੰ ਅਸੀਂ ਮਾਂ ਦਿਵਸ ਯਾਨੀ ਕਿ ਮਦਰਸ ਡੇ ਵਜੋਂ ਮਨਾਉਂਦੇ ਹਾਂ। ਤੁਹਾਨੂੰ ਦੱਸ ਦਈਏ ਕਿ ਮਈ ਦੇ ਦੂਜੇ ਐਤਵਾਰ ਨੂੰ ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਦਰਸ ਡੇ ਮਨਾਇਆ ਜਾਂਦਾ ਹੈ। ਸੋਸ਼ਲ ਮੀਡੀਆ ਤੇ ਇੰਟਰਨੈਟ ਦੇ ਇਸ ਯੁੱਗ ਵਿੱਚ ਮਦਰਸ ਡੇ ਮਨਾਉਣ ਦਾ ਰਿਵਾਜ ਬਹੁਤ ਵੱਧ ਗਿਆ, ਜਿਸ ਕਾਰਨ ਬਹੁਤ ਸਾਰੇ ਲੋਕ ਮਦਰਸ ਡੇ ਬੜੇ ਹੀ ਧੂਮ ਧਾਮ ਨਾਲ ਮਨਾਉਂਦੇ ਹਨ। ਇਸ ਲਈ ਅੱਜ ਅਸੀਂ ਤੁਹਾਨੂੰ ਮਦਰਸ ਡੇ ਨਾਲ ਜੁੜੀਆਂ ਕੁਝ ਦਿਲਚਸਪ ਗੱਲਾਂ ਦੱਸ ਰਹੇ ਹਾਂ। ਤਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਮਦਰਸ ਡੇ ਦੀ ਸ਼ੁਰੂਆਤ ਕਿਵੇਂ ਹੋਈ। ਮਦਰਸ ਡੇ ਦੀ ਸ਼ੁਰੂਆਤ ਐਨਾ ਜੋਰਵਿਸ ਨਾਂ ਦੀ ਅਮਰੀਕੀ ਔਰਤ ਨੇ ਕੀਤੀ ਸੀ। ਦਰਅਸਲ ਐਨਾ ਦਾ ਆਪਣੀ ਮਾਂ ਨਾਲ ਬਹੁਤ ਖਾਸ ਲਗਾਵ ਸੀ। ਐਨਾ ਆਪਣੀ ਮਾਂ ਤੋਂ ਬਹੁਤ ਜ਼ਿਆਦਾ ਪ੍ਰੇਰਿਤ ਹੁੰਦੀ ਸੀ। ਹਾਲਾਂਕਿ ਆਪਣੀ ਮਾਂ ਦੀ ਮੌਤ ਤੋਂ ਬਾਅਦ ਐਨਾ ਨੇ ਬਾਅਦ ਵਿੱਚ ਵਿਆਹ ਨਾ ਕਰਨ ਤੇ ਆਪਣਾ ਜੀਵਨ ਆਪਣੀ ਮਾਂ ਦੇ ਨਾਮ ਕਰਨ ਦਾ ਸੰਕਲਪ ਲਿਆ। ਇਸ ਕੜੀ ਵਿੱਚ ਐਨਾ ਨੇ ਆਪਣੀ ਮਾਂ ਨੂੰ ਸ਼ਰਧਾਂਜਲੀ ਦੇਣ ਲਈ ਮਦਰਸ ਡੇ ਦੀ ਸ਼ੁਰੂਆਤ ਕੀਤੀ। ਇਸੇ ਕਰਕੇ ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਇਸ ਦਿਨ ਨੂੰ ਵਰਜਿਨ ਮੈਰੀ ਦੇ ਨਾਂ ਨਾਲ ਵੀ ਪੁਕਾਰਦੇ ਹਨ, ਜਦੋਂ ਕਿ ਯੂਰਪ ਵਿੱਚ ਇਸ ਨੂੰ ਮਦਰਿੰਗ ਸੰਡੇ ਕਿਹਾ ਜਾਂਦਾ ਹੈ। ਮਈ ਦੇ ਦੂਜੇ ਐਤਵਾਰ ਨੂੰ ਹੀ ਕਿਉਂ ਮਦਰਸ ਡੇ ਮਨਾਇਆ ਜਾਂਦਾ ਹੈ, ਇਸ ਤੇ ਹੁਣ ਚਰਚਾ ਕਰਾਂਗੇ। ਐਨਾ ਜੋਰਵਿਸ ਨੇ ਯਕੀਨੀ ਤੌਰ ਤੇ ਮਦਰਸ ਡੇ ਦੀ ਨੀਂਹ ਰੱਖੀ ਸੀ, ਪਰ ਰਸਮੀ ਤੌਰ ਤੇ ਮਦਰਸ ਡੇ ਦੀ ਸ਼ੁਰੂਆਤ 9 ਮਈ ਸਨ 1914 ਈਸਵੀ ਨੂੰ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਵੁਡਰੋ ਵਿਲਸਨ ਨੇ ਕੀਤੀ ਸੀ। ਇਸ ਦੌਰਾਨ ਅਮਰੀਕੀ ਸੰਸਦ ਵਿੱਚ ਇੱਕ ਕਾਨੂੰਨ ਪਾਸ ਕਰਕੇ ਹਰ ਸਾਲ ਮਈ ਦੇ ਦੂਜੇ ਐਤਵਾਰ ਨੂੰ ਮਦਰਸ ਡੇ ਮਨਾਉਣ ਦਾ ਐਲਾਨ ਕੀਤਾ ਗਿਆ। ਉਦੋਂ ਤੋਂ ਹੀ ਅਮਰੀਕਾ, ਯੂਰਪ ਅਤੇ ਭਾਰਤ ਸਮੇਤ ਕਈ ਥਾਵਾਂ ਤੇ ਮਦਰਸ ਡੇ ਮਨਾਇਆ ਜਾਂਦਾ ਹੈ। ਇਸ ਦੇ ਨਾਲ ਹੀ ਦੁਨੀਆ ਦੇ ਕਈ ਦੇਸ਼ਾਂ ਵਿੱਚ ਮਾਰਚ ਮਹੀਨੇ ਵਿੱਚ ਮਦਰਸ ਡੇ ਮਨਾਇਆ ਜਾਂਦਾ ਹੈ। ਤਾਂ ਹੁਣ ਤੁਹਾਨੂੰ ਦੱਸਦੇ ਹਾਂ ਮਦਰਸ ਡੇ ਦੀ ਮਹੱਤਤਾ। ਮਾਂ ਦੀ ਮਹੱਤਤਾ ਨੂੰ ਸਮਝਦੇ ਹੋਏ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਮਦਰਸ ਡੇ ਮਨਾਉਂਦਾ ਹੈ। ਖਾਸ ਤੌਰ ਤੇ ਭਾਰਤ ਵਿੱਚ ਬੱਚੇ ਆਪਣੀ ਮਾਂ ਨੂੰ ਖਾਸ ਮਹਿਸੂਸ ਕਰਵਾਉਣ ਦੇ ਲਈ ਕੁਝ ਖਾਸ ਕਰਨ ਦੀ ਯੋਜਨਾ ਬਣਾਉਂਦੇ ਹਨ। ਇਸ ਦਿਨ ਕੁਝ ਲੋਕ ਆਪਣੀ ਮਾਂ ਨੂੰ ਘਰ ਦੇ ਕੰਮਾਂ ਤੋਂ ਦੂਰ ਰੱਖ ਕੇ ਸੈਰ ਸਪਾਟੇ ਲਈ ਲਿਜਾਉਂਦੇ ਹਨ, ਜਦਕਿ ਕੁਝ ਲੋਕ ਮਾਂ ਨੂੰ ਆਪਣੇ ਪਸੰਦੀਦਾ ਤੋਹਫੇ ਜਾਂ ਮਦਰਸ ਡੇ ਦੀਆਂ ਸ਼ੁਭਕਾਮਨਾਵਾਂ ਦਿੰਦੇ ਹਨ। ਇਸ ਦੇ ਨਾਲ ਹੀ ਸੋਸ਼ਲ ਮੀਡੀਆ ਤੇ ਵੀ ਮਦਰਸ ਡੇ ਦੇ ਕਈ ਸੰਦੇਸ਼ ਸ਼ੇਅਰ ਕੀਤੇ ਜਾਂਦੇ ਹਨ। ਅਖੀਰ ਦੇ ਵਿੱਚ ਇੱਕ ਸ਼ਾਇਰੀ ਪੇਸ਼ ਕਰਨ ਲੱਗੀ ਹਾਂ, ਖਾਸ ਤੌਰ ਤੇ ਮਦਰਸ ਡੇ ਦੇ ਮੌਕੇ ਤੇ। ਉਮੀਦ ਕਰਦੀ ਹਾਂ ਤੁਹਾਨੂੰ ਇਹ ਸ਼ਾਇਰੀ ਜ਼ਰੂਰ ਪਸੰਦ ਆਏਗੀ। ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ, ਮਾਂ ਦਾ ਪਿਆਰ ਮਿਲਦਾ ਹੈ ਨਸੀਬਾਂ ਵਾਲਿਆਂ ਨੂੰ, ਦੁਨੀਆ ਵਿੱਚ ਨਹੀਂ ਇਸ ਦਾ ਕੋਈ ਬਾਜ਼ਾਰ ਹੁੰਦਾ, ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ,
ਇਹ ਰਿਸ਼ਤਾ ਹੈ ਰੱਬ ਦੀਆਂ ਰਹਿਮਤਾਂ ਦਾ। ਹਰ ਰਿਸ਼ਤਾ ਨਹੀਂ ਇੰਨਾ ਵਫਾਦਾਰ ਹੁੰਦਾ, ਹਰ ਰਿਸ਼ਤਾ ਨਹੀਂ ਇੰਨਾ ਵਫਾਦਾਰ ਹੁੰਦਾ। ਵਨਸ ਅਗੇਨ ਹੈਪੀ ਮਦਰਸ ਡੇ। ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ।